ਵਾਲ ਸਾਹਿਬ ਦਾ ਉਹ ਇੱਕ ਹਫ਼ਤੇ 'ਚ ਪੱਕੀ ਕੁੜੀ ਲੱਭ ਲਈ ਸੂ ਅਤੇ ਹੋਰ ਕੀ ਇੱਥੇ ਲੋਕਾਂ ਨੂੰ 15-15 ਸਾਲ ਹੋ ਗਏ ਨੇ ਦਾੜੀ ਰੰਗੀ ਜਾਂਦੇ ਨੇ ਪੱਕੇ ਨਹੀਂ ਹੋ ਸਕੇ ਚਾਚਾ ਤੈਨੂੰ ਕਹਿਣ ਡੇ ਖਲੋ ਜਾ ਉਹ ਕਰਨੈਲ ਉਹ ਤੂੰ ਇੱਕ 15,000 'ਚ ਪੱਕੀ ਕੁੜੀ ਦੀ ਗੱਲ ਕੀਤੀ ਸੀ ਐ ਕਰ 10,000 ਦੇ ਹਿਸਾਬ ਨਾਲ 2 ਲੱਭ ਦੇ ਹਾਂ ਸਿਰੇ ਦੋਵੇਂ ਮੁੰਡੇ ਪੱਕੇ ਕਰਵਾ ਲਈਏ ਬੁੱਢੀ ਹਾਂ ਮੈਂ ਤੇਰੀ ਭਰਜਾਈ ਮਹਿੰਗੀ ਨਹੀਂ ਲੈ ਲਈ ਉਹਨੇ ਕਿਸ਼ਤਾਂ ਕਰਾ ਲਾਂਗੇ ਬਾਈ ਮੇਰਾ ਇੱਕ ਯਾਰ ਹੈ ਐਸਾ ਆਲਾ ਸ਼ਹਿਰ ਹੋਇਆ ਬਾਈ ਜਿਹੜਾ ਵੀ ਗਾਣਾ ਲਿਖਿਆ ਨਾ ਸੁਪਰ ਹਿੱਟ ਹੋਇਆ ਤੇ ਮੈਂ ਤੇ ਐਸੇ ਲਿਖਾਰੀ ਵੀ ਵੇਖੇ ਨੇ ਜਿਨ੍ਹਾਂ ਲਿਖ ਲਿਖ ਕਾਪੀਆਂ ਕਾਲੀਆਂ ਕਰਤੀਆਂ ਤੇ ਗਾਣਾ ਇੱਕ ਵੀ ਬਾਹਰ ਨਹੀਂ ਆਇਆ ਇੱਥੇ ਇਹੋ ਜਿਹੇ ਲੋਕੀ ਜਿਨ੍ਹਾਂ ਨੂੰ ਇੰਨਾ ਟਾਈਮ ਹੋ ਗਿਆ ਬਾਹਰ ਆਇਆ ਨੂੰ ਹਾਲੇ ਵੀ ਚੌਂਕ 'ਚ ਇੰਜ ਖਲੋਤੇ ਹੁੰਦੇ ਜਿਵੇਂ ਚੂਹੀ ਦੇ ਚਾਕੂ ਵੱਜਿਆ ਹੁੰਦਾ ਚੂਹੀ ਮੈਨੂੰ ਕਿਹਾ ਸੂ ਸਾਡੇ ਤਾਂ ਚੂਹੀ ਤੂੰ ਹੀ ਹੈ ਮੈਨੂੰ ਕਿਹਾ ਸੀ ਚੂਹੀ ਚੌਂਕ 'ਚ ਤੁਸੀਂ ਖਲੋਂਦੇ ਹੋ ਸਾਡੇ ਪਿੰਡ ਇੱਕ ਡੋਲੀ ਹੈ ਲੰਮ ਕਰ ਦਿੰਦੇ ਡੋਲਦੀ ਤੇ ਇੱਥੇ 15-15 ਸਾਲ ਹੋ ਗਏ ਨੇ ਇੱਕੋ ਹੀ ਬੀਟ ਦੂਜੀ ਆਉਂਦੀ ਨਹੀਂ ਲੈ ਬੀਟਾਂ ਤੇ ਮੈਂ ਸਾਰੀਆਂ ਵਜਾ ਸਕਦਾ ਬਟ ਮੈਂ ਦਿੱਲੀ ਪਤਾ ਨੀ ਕਿੱਥੇ ਰੱਖ ਬੈਠਾ ਚਾਚਾ ਇੱਥੇ ਕਿਤੇ ਪਈ ਹੋਣੀ ਆ ਬੈੱਡ ਬੁੱਡ ਤੇ ਵੇਖ ਲਾ ਓਏ ਤੀਲੀ ਫੇਰ ਮੈਨੂੰ ਕਿਹਾ ਸੂ ਸਾਡੇ ਤਾਂ ਤੀਲੀ ਤੂੰ ਹੀ ਹੈ ਓਏ ਮੈਨੂੰ ਕਿਹਾ ਸੂ ਬੈੱਡ ਤੇ ਤੁਸੀਂ ਪਏ ਹੋ ਹੈ ਲੋਕੀ ਇੱਥੇ ਦੱਸਦੇ ਨੇ ਕਿ ਸਾਡੇ ਵਾਲ ਸਾਹਿਬ ਦਾ ਪਿੱਛੇ ਬਰਫ ਦਾ ਕਾਰਖਾਨਾ ਉਹ ਭਾਵੇਂ ਉੱਥੇ ਬਰਫ ਦੇ ਗੋਲੇ ਵੇਚਦਾ ਹੋਵੇ ਯਾਰ ਇੱਥੇ ਬਰਫ ਵਾਲਾ ਸੂਆ ਵੇਖਿਆ ਜੀ ਉਹ ਵੀ ਮੈਨੂੰ ਲੱਗਦਾ ਬੈੱਡ ਤੇ ਹੀ ਪਿਆ ਅੱਲਾ ਦੀ ਕਸਮੇ ਤੈਨੂੰ ਆਖਿਆ ਸੂ ਮੈਨੂੰ ਕਿਹਾ ਸੂ ਹਾਂਜੀ ਕੁਛ ਲੋਕ ਹੀ ਕੋਈ ਬੰਦੇ ਮਾਸੂਮ ਜੇ ਨੂੰ ਜੁਗਤਾਂ ਕਰੀ ਜਾਂਦੇ ਨੇ ਅੰਨੇ ਹੋ ਗਏ ਬਾਕੀ ਮਟੀਰੀਅਲ ਵੀ ਪਿਆ ਹੈ ਗੰਜੇ ਮੰਜੇ ਚੁੱਪ